ਕਸ਼ਵਣੀ ਜੰਮੂ ਹੈ ਖਬਰਾਂ ਦੇ ਬੁਲੇਟਿਨ ਚ ਤੁੰਦਾ ਸਵਾਗਤ ਪਹਿਲੇ ਖਾਸ ਖਬਰਾਂ ਕਰਨੇ ਮੇ ਪ੍ਰੋਮਿਲਾ ਜੰਮਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰਿਆਂਖੇ ਜ ਸਰਕਾਰ ਪਲਿਆਂ 8 ਲੀ ਸਤਾ ਪਰ ਉਦਮ ਕਾਰਖਾਨਾ داری ਸਨੇ ਆਰਥਿਕ ਸਸ਼ਕਤੀਕਰਨ ਤੇ ਰੋਜ਼ਗਾਰ ਦੇ ਮੌਕੇ ਵੀ ਕਾਇਮ ਕਰਾਰ ਦੀ ਹੈ ਉਹਨੇ ਆਖਿਆ ਜੇ ਮudra ਯੋਜਨਾ ਨੇ ਲੋਕਾਂ ਕੀ ਨੌਕਰੀ ਦਿਨੇ ਵਾਲੇ ਬਣਾਉਣੇ ਦਾ ਮੌਕਾ ਦਿੱਤਾ ਹੈ ਇਸ ਯੋਜਨਾ ਤਹਿਤ 34 ਕਰੋੜ 42 ਲੱਖ ਸ਼ਮਤੇ ਦੁਆਰ ਕਰਜ਼ੇ ਮਨਜ਼ੂਰ ਕੀਤੇ ਗਿਨ ਸਰਕਾਰ ਆਖੇ ਜੰਮੂ ਕਸ਼ਮੀਰ ਚ ਯੁਵਾਇਨ ਦੇ ਸਸ਼ਕਤੀਕਰਨ ਰੋਜ਼ਗਾਰ ਤੇ ਉਦਮ ਵਿਕਾਸ ਲਈ ਵਚਨਬੱਧ ਹੈ ਪ੍ਰਦੇਸ਼ ਚ ਯੁਵਾਇਨ ਸਰਬੰਧੀ ਗਤੀਵਿਧੀਆਂ ਲਈ 22223 ਬਰੇ ਦੇ ਬਜਟ ਚ 312 ਕਰੋੜ 57 ਲੱਖ ਰੁਪਏ ਦਿੱਤੇ ਗਏ ਹਨ ਜੰਮੂ ਕਸ਼ਮੀਰ ਸਕੂਲੀ ਸਿੱਖਿਆ ਬੋਰਡ ਨੇ ਜੰਮੂ ਖਿੱਤੇ ਦੇ ਸਿਆਲਾਲੀ ਜ਼ੋਨ ਤੇ ਲੇ ਡਿਵੀਜ਼ਨ ਦੇ ਜਾਰੀ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ ਪਾਰਟੀ ਰਿਜ਼ਰਵ ਬੈਂਕ ਨੇ ਰੈਪੋ ਦਰਗੀ 4 ਪ੍ਰਤੀਸ਼ਤ ਦੇਵਸ ਰੈਪੂ ਦਰਗੀ 3.55% ਪਰ ਬਰਕਰਾਰ ਰੱਖਿਆ ਹੈ 2022 ਲਈ ਅਸਲ ਜੀਡੀਪੀ ਦੀ ਵਿਕਾਸ ਦਰ 7.2% ਰੌਨਿਦਾ ਅਨੁਮਾਨ ਹੈ ਔਨ ਖਬਰਾਂ ਦੀ ਤਫਸੀਲ ਕਰਨੇ ਵਿਜੇ ਪਾਜਾਜ ਪ੍ਰਧਾਨ ਮੰਤਰੀ ਮੋਦਰਾ ਯੋਜਨਾ ਦੀ ਅੱਜ 7 ਬਰੇ ਪੂਰੀ ਹੋਈ ਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰੇ 8 April 2015 ਕੀ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਇਹਦਾ ਮਕਸਦ ਗੈਰ ਨਿਗਮਿਤ ਤੇ ਗੈਰ ਖੇਤੀ ਲੌਕੇ ਜਾਂ ਭੀ ਪਲੀਆਂ ਲੌਕੇ ਉਦਮਿੰਗੀ 10 ਲੱਖ ਰੁਪਏ ਦਾ ਕਰਜ਼ਾ ਦੁਆਰ ਕਰਜਾ ਉਪਲਬਧ ਕਰਵਾਣਾ ਹੈ ਯੋਜਨਾ ਦੀ ਸ਼ੁਰੂਆਤ ਮੰਨ ਲਈਏ ਅਜਿੰਦਗਰ 186000000 ਰੁਪਏ ਦੇ 34 ਕਰੋੜ 42 ਲੱਖ ਤੋਂਮ ਮਤੇ ਦੁਆਰ ਕਰਜੇ ਦੀ ਮਨਜ਼ੂਰੀ ਦਿੱਤੀ ਜਾ ਚੁਕੀ ਦੀ ਹੈ ਇੰਦੇ ਚ 68% ਦੁਆਰ ਮਹਿਲਾ ਉਦਮਿੰਗੀ ਦਿੱਤੇ ਗਏ ਨੇ ਇਸ ਯੋਜਨਾ ਰਾਹੀਂ ਲੌਕੇ ਕਾਰੋਬਾਰਾਸਤੇ ਸਾਜ਼ਗਾਰ ਮਾਲ ਬਣਾਉਣੇ ਚ ਮਦਦ ਆਸ ਲੋਈ ਹੈ ਤੇ ਭਲੀਆਂ ਇਟਲੀ ਸਤੇ ਪਰ ਵੱਡੇ ਪੇਮਾਨੇ ਪਰ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਇਨ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਨੇ ਸਵਰੋਜ਼ਗਾਰ ਤੇ ਸੁਤੰਤਰ ਤੌਰ ਉਪਰ ਕੰਮ ਕਰਨ ਦੀ ਪਾਵਨਾ ਦੇ ਕੰਨੋ ਕੰਨੀ ਲੱਖਾਂ ਬੱਦੇ ਲੋਕਾਂ ਦੇ ਸੁੱਖ ਨੇ ਤੇ ਆਸੇ ਤਾਂਗੇਂ ਗੀ ਡਵਾਰੀ ਦਿੱਤੀ ਹੈ ਤੋਹੀਂ ਖਜ਼ਾਨਾ ਮੰਤਰੀ ਨਰਮਲਾ ਸੀਤਾਰਾਮਨੋ ਨੇ ਆਖਿਆ ਜੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਮਨਜ਼ੂਰ ਕੀਤੇ ਗਦੇ કુલ ਦੁਆਰ ਕਰਜ਼ੇ ਚਾ 95% ਤਮ ਬਾਅਦ ਦੁਆਰ ਕਰਜ਼ੇ ਪੱਟੀ ਦਰਜ ਚਾਤੀ ਪੱਟੀ ਦਰਜ ਜਨਜਾਤੀ ਤੇ ਹੋਰ ਨੇ ਦੂਏ ਪਛੜੇ ਵਰਗਿੰਦੇ ਲੋਕਾਂ ਗੀ ਦਿੱਤੇ ਗੇਨ सितारा मनूरी आज की आज की सामाजिक न्याली योजना प्रधानमंत्री नरेंद्र मोदी की परिकल्पना सबका साथ सबका विकास की सच्ची भावना का चलाई जा करती है प्रधानमंत्री आवास योजना ग्रामीण तहत 2 करोड़ 52 लाख पक्के मकान तैयार किए गए हैं ते, ते, ते प्रधानमंत्री आवास योजना शहरी तहत अजेंडा कर 100 लाख पक्के मकानों का निर्माण की तक है ਆਪਣੇ ਇੱਕ ਟਵੀਟ ਸਨੇ ਚ ਸ਼੍ਰੀਮਤੀ ਉਹ ਰਿਆ ਆਖਿਆ ਜੇ 3 ਕਰੋੜ ਸ਼ਮਤੀ ਮਕਾਨੇ ਦਾ ਨਿਰਮਾਣ ਕੰਮ ਲੋਕਾਂ ਦੀ ਸ਼ਮੂਲੀਅਤ ਬਗੈਰ ਮੁਮਕਿਨ ਨਹੀਂ ਹੋਈ ਸਕਦਾ ਉਹਨੇ ਆਖਿਆ ਜੇ ਬੁਨਿਆਦੀ ਸਹੂਲਤਾਂ ਕਨੇ ਲੈ ਸੇ ਮਕਾਨ ਮਹਿਲਾ ਸਸ਼ਕਤੀਕਰਨ ਦੀ ਇੱਕ ਮਿਸਾਲ ਨ ਉਹਨੇ ਇਹ ਵੀ ਆਖਿਆ ਜੇ ਸਰਕਾਰ ਮੁਲਕਾ ਦੇ ਹਰ ਗਰੀਬ ਗੁਰਬੇ ਕੀ ਇੱਕ ਪੱਕਾ ਮਕਾਨ ਹਾਸਲ ਕਰਵਾਉਣ ਦੇ ਆਪਣੇ ਤਯੇ ਕੀ ਪੂਰਾ ਕਰਨ ਦੇ ਮੁਕਾਮ ਪਰ ਪੁੱਜਨੇ ਆਲੀ ਹੈ ਜੰਮੂ ਕਸ਼ਮੀਰ ਸਰਕਾਰ ਨੇ ਆਖਿਆ ਜੇ ਉਹ ਨੌਜਵਾਨ ਨੇਗੇ ਸਸ਼ਕਤ ਕਰਨੇ ਰੋਜ਼ਗਾਰ ਦੇ ਨੇ ਤੇ ਉਦਯਮ ਵਿਕਾਸ ਲਈ ਵਚਨੇ ਬੱਝੀ ਦਿਖਿਆ ਹੈ ਜੰਮੂ ਕਸ਼ਮੀਰ ਸਰਕਾਰ ਦੇ ਇੱਕ ਪ੍ਰਵਕਤਾ ਨੇ ਦੱਸਿਆ ਜੇ 2022-23 ਬਰੇਚ ਨੌਜਵਾਨਾਂ ਨੇ ਸਰਬੰਧਤ ਗਤੀਵਿਧੀਆਂ ਲਈ 312 ਕਰੋੜ ਰੁਪਏ 312 ਕਰੋੜ 57 ਲੱਖ ਰੁਪਏ ਵੱਖ ਰੱਖੀਗੇ ਦਿਨ ਨੌਜਵਾਨਾਂ ਗੀ ਸਵਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉਣੇ ਆਸਤੇ ਮਿਸ਼ਨ ਯੂਥ ਕਾਰਜਕ੍ਰਮ ਤਹਿਤ 200 ਕਰੋੜ ਰੁਪਏ ਰੱਖੇ ਗੇਨ ਜਿਦੇ ਚ ਨਿਜੀ ਸੈਕਟਰ ਚ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਲਈ ਰੋਜ਼ਗਾਰ ਮੇਲੇ ਲੁਆਏ ਜਾਣਗਨ ਤੇ ਸਵਰੋਜ਼ਗਾਰ ਗਿੱਤ ਉਦਯਮ ਸਮਰਥਨ ਨਿਰਮਾਨ ਲਈ ਸਿਖਲਾਈ ਦੇਣੇ ਦਾ ਵੀ ਪ੍ਰਬਧਾਨ ਹੋਗ ਜੰਮੂ ਕਸ਼ਮੀਰ ਚ ਆਉਂਦੇ ਇਤਰਾਉਂ ਬਰੇਂਚ ਬਿਜਲੀ ਸਪਲਾਈ ਦੂਨੀਓ ਨੇ ਦੀ ਮੇਦ ਹੈ ਇਹਦੇ ਕਿਤਾ 6272 ਮੈਗਾਵਾਟ ਦੀ ਸਮਰਥਾ ਲਈਏ ਅੱਠ ਬਿਜਲੀ ਪ੍ਰਯੋਜਨਾਏ ਪਰ ਕੰਮ ਚਲਾਰਤਾ ਹੈ ਇੰਤੇਚਾ 4108 ਮੈਗਾਵਾਟ ਦੀ ਸਮਰਥਾਲੇ ਪੰਜ ਬਿਜਲੀ ਪ੍ਰੋਜੈਕਟ ਐਨ ਐਚ ਪੀਸੀ ਤਹਿਤ ਤੇ ਤ੍ਰੈ ਦੂਏ ਜੰਮੂ ਕਸ਼ਮੀਰ ਸਰਕਾਰ ਕਨੇ ਸਾਂਝੇ ਤੌਰ ਉਪਰ ਅਮਲ ਚ ਆਂਦੇ ਜਾਂਗਨ ਇਸ ਬਰੇ ਬਜਟ ਚ ਬਿਜਲੀ ਸੈਕਟਰ ਲਈ 8768 ਕਰੋੜ ਰੁਪਏ ਵਾਕ ਰੱਖੇ ਗੇਨ ਕੇਂਦਰ ਸਰਕਾਰ ਨੇ ਸੰਘ ਸ਼ਾਸਿਤ ਜੰਮੂ ਕਸ਼ਮੀਰ ਚ ਬਿਜਲੀ ਦੇ ਮੰਜ਼ਰ ਚ ਸੁਧਾਰ ਕਰਨ ਲਈ ਤੇ ਲੋਕਾਂ ਕੀ ਬਿਹਤਰ ਬਿਜਲੀ ਸਪਲਾਈ ਯਕੀਨੀ ਕਰਨ ਲਈ 11000 ਕਰੋੜ ਰੁਪਏ ਮਨਜ਼ੂਰ ਕੀਤੇ ਨੇ ਜੰਮੂ ਕਸ਼ਮੀਰ ਥਾ ਮਾ ਕੋਵਿਡ ਦਾ ਪ੍ਰਕੋਪ ਉਨ तकरीबन ਖਤਮ ਹੋ ਗਿਆ ਹੋਆ ਕਰਦਾ ਹੈ ਪ੍ਰਦੇਸ਼ ਚ ਕੋਵਿਡ ਥਾ ਠੀਕ ਹੋਏ ਗਏ ਲੋਕਾਂ ਦੀ ਦਰ 98.95% ਹੋਈ ਗਈ ਹੈ ਤਾਂ ਹੀ ਰਾਸ਼ਟਰੀ ਸੱਤੇ ਪਰ ਇਹ ਦਰ 98.76% ਹੈ ਪਿਛਲੇ 24 ਘੰਟਿਆਂ ਦਰਾਂ ਮੁਲਕ ਚ ਕੋਵਿਡ ਦੇ 1100 ਸ਼ਮਤੇ ਮਾਮਲੇ ਸਾਹਮਣੇ ਆਏ ਨੇ ਦੇ ਸੱਚ ਅਜਿੰਦਗਰ ਕੋਵਿਡਸ਼ਾ ਬਚਾ ਲੇ 185 ਕਰੋੜ 38 ਲੱਖ ਟੀਕੇ ਲਾਇ ਦਿੱਤੇ ਗਏ ਦਿਨ ਤਾਂ ਸਰਕਾਰ ਨੇ ਨਿੱਜੀ ਟੀਕਾਕਰਣ ਕੇਂਦਰਾਂ ਪਰ ਅੰਦੀ 10 ਅਪ੍ਰੈਲ ਥਮਾ 18 ਬਰੇਹਸ਼ਾ ਮਤੀ ਉਮਰੀ ਦੇ ਲੋਕਾਂ ਲਈ ਕੋਵਿਡ ਵੈਕਸੀਨ ਦੀ ਐਹਤਿਆਤੀ ਖੁਰਾਕ ਉਪਲਬਧ ਕਰਵਾਉਣ ਦਾ ਫੈਸਲਾ ਲਿਆਤਾ ਹੈ ਕੇਂਦਰੀ ਸਿਹਤ ਮੰਤਰਾਲੇ ਨੇ ਆਖਿਆ ਜੇ 18 ਬਰੇਹ ਜਾਂ ਇਹਦੀਸ਼ਾ ਮਤੀ ਉਮਰੀ ਦੇ ਸੱਬੇ ਲੋਕ ਜਿਨੇ ਕੀ ਕੋਵਿਡ ਥਮਾ ਬਚਾਲਾ ਦੂਗਾ ਟੀਕਾ ਲਵਾਏ ਦੇ 9 ਮਹੀਨੇ ਦਾ ਸਮਾਂ ਹੋਈ ਗਦਾ ਓਨ ਐਹਤਿਆਤੀ ਖੁਰਾਕ ਯਾਨੀ ਬੂਸਟਰ ਡੋਜ਼ ਲਵਾਣ ਦੇ ਅਕਦਾਰ ਹੋਈ ਕੇਨ 올 인디아 인스티튜트 오브 메디컬 사이언시스 잠무 야니 에임스 잠무 ਨੇ ਐਮਬੀਬੀਐਸ ਦੇ ਵਿਦਿਆਰਥੀਆਂ ਲਈ ਪਹਿਲੀ ਆਫਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ ਇੱਕ ਟਵੀਟ ਸੰਦੇਸ਼ ਚ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਆਖਿਆ ਜੇ ਇਹ ਜੰਮੂ ਲਈ ਬੜੇ ਮਾਨਿਆ ਵਾਲੀ ਗੱਲ ਹੈ ਉਹਨੇ ਇਹ ਵੀ ਆਖਿਆ ਜੇ ਕੇਂਦਰ ਸਰਕਾਰ ਦੀ ਉਸ ਪ੍ਰਾਥਮਿਕਤਾ ਕੀ ਦਰਸਾਉਂਦਾ ਹੈ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਪਾਸਿਆ ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਆਸਾਂ ਤਾਂਗੇਗੀ ਪੂਰਾ ਕਰਨੇ ਲਈ ਦਿੱਤੀ ਚੰਤੀ ਹੈ ਇਹ ਖਬਰਾਂ ਤੁਸ ਆਕਾਸ਼ਵਾਣੀ ਜੰਮੂ ਤੋਂ ਸੁਣਾਉਂਦੇ ਹੋ ਔਨ ਬਾਕੀ ਦੀਆਂ ਖਬਰਾਂ ਕਰਨੇ ਪ੍ਰਮਿਲਾ ਜੰਵਾਲ ਜੰਮੂ ਕਸ਼ਮੀਰ ਸਕੂਲੀ ਸਿੱਖਿਆ ਬੋਰਡ ਨੇ ਜੰਮੂ ਦੇ ਸਿਆਲੇ ਵਾਲੇ ਜ਼ੋਨ ਤੇ ਲਈ ਡਿਵੀਜ਼ਨ ਲਈ ਜਾਰਮੀ ਜਮਾਤ ਦੇੰਤਿਆ ਨੇ ਦੇ ਨਤੀਜੇ ਦਾ ਐਲਾਨ ਕਰੀ ਦਿੱਤਾ ਹੈ ਵਿਦਿਆਰਥੀ ਦੇਣ ਵਾਲੇ ਮੀਦਵਾਰ ਆਪਣੇ ਨਤੀਜੇ ਬੋਰਡ ਦੀ ਵੈਬਸਾਈਟ ਪਰ ਜਾ ਕੇ ਦੇਖੀ ਸਕਦੇ ਹਨ ਵੈਬਸਾਈਟ ਦਾ ਪਤਾ ਹੈ jkbos.nic.in ਉਦਮਪੁਰ ਜ਼ਿਲ੍ਹੇ ਚ ਦਾਉ ਬਖਬਖਾ ਸੜਕਾ 'ਤੇ ਚਤ੍ਰਾਉ ਮਹਿਲਾئیں ਸਮੇਤ 6 ਜਨੇ ਮਾਰੇ ਗਏ ਤੇ 5 ਦੂਏ ਜ਼ਖਮੀ ਹੋਏ ਗੇ ਇੱਕ ਮਹਿਲਾ ਸਮੇਤ 3 ਜਨੇ ਗਰਾਨੀ ਇਲਾਕੇ ਚ ਉਸਲੇ ਮਾਰੇ ਗਏ ਜਿਸਲੇ ਮੋਟਰਸਾਈਕਲ ਜਿਹਦੇ ਪਰ ਉਹ ਸਵਾਰ ਹੈ ਇੱਕ ਡਿਵਾਈਡਰ ਕਨੇ ਜਾਈ ਟਕਰਾਇਆ ਮਰੋਨੇ ਆਲਿਨ ਚ 40 ਬਰਿੰਦੀ ਸ਼ਾਂਤੀ ਦੇਵੀ 45 ਬਰਿੰਦਾ ਉਹਦਾ ਕਰੈਲਾ ਸਲੀਮ ਤੇ 20 ਬਰਿੰਦੀ ਉਹਦੀ 3 ਰਿੰਕੂ ਸ਼ਾਮਲੇ ਇਤਰਮਾ ਜ਼ਿਲ੍ਹਾ ਰਿਆਸੀ ਦੇ ਅਨਾਸ ਇਲਾਕੇ ਦੇ ਬਸਨੀ ਖੇ ਦੂਹ ਸੜਕਾਤ ਸਿਚ ਚਰੇਨੀ ਤਹਿਸੀਲ ਦੇ ਬੈਸ਼ਤੀ ਇਲਾਕੇ ਚ ਇੱਕ ਟਿੱਪਰ ਨੇ ਸੜਕੇ ਪਰ ਆਪਣੀ ਮੰਗੇਂਦੇ ਸਮਰਥਨ ਜੋ ਬੈਠੇ ਦੇ ਤਰਾਉਨ ਜਨੇ ਕੀ ਮਿੰਦੀ ਓੜਿਆ ਇਸ ਸਾਧਸੇ ਚ ਪੰਜ ਹੋਰ ਲੋਕ ਵੀ ਘਾਲ ਹੋਏ ਜਿਨੇ ਕੀ ਇਲਾਜ ਲਈ ਹਸਪਤਾਲ ਦਾਖਲ ਕਰਵਾਈ ਦਿੱਤਾ ਗਿਆ ਦਵਾਈ ਉਦਮਪੁਰ ਜ਼ਿਲ੍ਹੇ ਦੇ ਕਗੋਟ ਇਲਾਕੇ ਚ ਦੌਂ ਕੁੜੀਆਂ ਕਥਿਤ ਤੌਰ ਪਰ ਦਰਿਆ ਚ ਨੌਂਦੇ ਲੈ ਡੁੱਬ ਗਈਆਂ ਇੰਦੀ ਸ਼ਨਾਖਤ 14 ਬਰਿੰਦੀ ਸੁਸ਼ਮਾ ਦੇਵੀ ਤੇ 15 ਬਰਿੰਦੀ ਪੂਜਾ ਦੇਵੀ ਦੇ ਤੌਰ ਕੀਤੀ ਗਈ ਹੈ ਪਾਰਟੀ ਰਿਜ਼ਰਵ ਬੈਂਕ ਨੇ ਆਪਣੀ ਪ੍ਰਮੁੱਖ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ ਰੈਪੋ ਦਰ 4% ਤੇ ਰਿਵਰਸ ਰੈਪੋ ਦਰ 3.55% ਪਰ ਬਰਕਰਾਰ ਰੌਂਗਨ ਮਾਲੀ ਪਰੇ 22 23 ਚ ਦੋਂ ਦੋਂ ਮਹੀਨੇ ਮਗਰਾ ਲੱਗਣ ਵਾਲੀ ਪਹਿਲੀ ਮੌਦ੍ਰਿਕ ਨੀਤੀ ਸਮੀਖਿਆ ਬੈਠਕ ਪ੍ਰੰਤ ਮੁੰਬਈ ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸੋਰੇ ਅੱਜ ਇਹ ਐਲਾਨ ਕੀਤਾ ਸਮਿਤੀ ਨੇ ਸਭ ਨੇ ਦੀ ਸਹਿਮਤੀ ਕਰਨਾ ਨਰਮੀ ਵਾਲਾ ਰੌਂਗਨ अपनाई रखने का फैसला लिया पिछली दसें बैठकें चिति का इे फैसला बरकरार रहा है बई मई भी सौ भी कोविड महामारी पर्यापी लॉकडाउन के मद्देनजर रेपो दर च कटौती की अतू थ ले हगर रेपो दर सबने शठले स्तर पर बनी है ਦਸੂਰੀਆਂ ਆਖਿਆ ਜੇ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਦੇ ਪਾਰ ਜਾਣੇ ਕਰੀ ਮਾਲੀ ਪਰੇ 20 ਤ੍ਰਿਚ ਅਸਲ ਸकल ਕਰੇ ਲੂਤਪਾਦ ਦੀ ਦਰ 7.3 ਪ੍ਰਤੀਸ਼ਤ ਰੋਣੇ ਦਾ ਅੰਦਾਜ਼ਾ ਹੈ ਇਸ ਬਰਦੀਸ਼ੀ ਅਮਨਾਚੀ ਦੀ ਯਾਤਰਾ ਲਈ ਸ਼ਦਾਲਮੀ ਦਾ ਪੰਚਿਕਰਣ ਆਉਂਦੀ 11 ਅਪ੍ਰੈਲ ਤੋਂ ਰੰਬੋਈ ਜਾਗ ਯਾਤਰਾ 3 ਜੂਨ 2022 ਤੋਂ ਸ਼ੁਰੂ ਹੋਈ ਹੈ 11 ਅਗਸਤ ਦੀ ਰਖੜ ਪੁੰਨਿਆਲੇ ਦਿਨ ਸੰਪੰਨ ਹੋਈ ਜਾਗ ਯਾਤਰਾ ਲਈ ਪੰਚਿਕਰਣ ਜਮ ਕਸ਼ਮੀਰ ਬੈਂਕ ਪੰਜਾਬ ਨੈਸ਼ਨਲ ਬੈਂਕ ਤੇ ਯੈਸ ਬੈਂਕ ਦੀ 446 ਸ਼ਾਖਾਂ ਸਣੇ ਮਲਖ ਪਰਜ SBI ਦੀ 100 ਸ਼ਾਖਾਂ ਦੇ ਰਾਇਮ ਵੀ ਕਰਵਾਇਆ ਜਾ ਸਕਕ ਇਹਦੇ ਇਲਾਵਾ ਸ਼ਰਧਾਲੂ ਬੋਰਡ ਦੀ ਵੈਬਸਾਈਟ ਤੇ ਮੋਬਾਈਲ ਐਪ ਦੇ ਰਾਹੀਂ ਵੀ ਪੰਜੀਕਰਨ ਕਰਵਾਈ ਸਕਦੇ ਹਨ ਸ਼੍ਰੀ ਅਮਨਾਥ ਜੀ ਸ਼ਾਈਨ ਬੋਰਡ ਕੀ ਮੇਦ ਹੈ ਜੇ ਇਸ ਬਰੇ 3 ਲੱਖ ਸ਼ਾ ਮਤੇ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਲਈ ਆਉਣਗੇ ਰਾਮਬਨ ਜ਼ਿਲ੍ਹੇ ਚ ਬਣਾਏ ਗਏ ਦੇ ਯਾਤਰੀ ਨਿਵਾਸ ਕੀ ਸ਼ਰਧਾਲੂਏ ਦੀ ਆਮਦ ਲਈ ਤਿਆਰ ਕੀਤਾ ਜਾਂਦਾ ਹੈ ਉਥੇ 38600 ਯਾਤਰੀਆਂ ਦੇ ਰੌਣੇ ਬੌਣੇ ਦੀ ਬਵਸਥਾ ਹੋ ਗੀ 22 ਅਮਰਨਾਥ ਥਿੰਦੀ ਯਾਤਰਾ ਲਈ ਸੁਰੱਖਿਆ ਦੇ ਨਿਗਰ ਬੰਦੋਬਸਤ ਕੀਤੇ ਜਾ ਰਹੇ ਯਾਤਰੀਆਂ ਕੀ ਆਰ ਐਫ ਆਈ ਡੀ ਟੈਗ ਦਿੱਤਾ ਜਾਗ ਜਿਹੜਾ ਸ਼ਰਧਾਲੂ ਦੀ ਅਸਲ ਲੋਕੇਸ਼ਨ ਬਾਰੇ ਪੂਰੀ ਪੂਰੀ ਜਾਣਕਾਰੀ ਮੁਹੱਈਆ ਕਰਵਾੰਦਾ ਰੋਕ ਨੈਸ਼ਨਲ ਕਾਨਫਰੰਸ ਦੇ ਅਲਪ ਸੰਖਿਅਕ ਸੀਗੇ ਦੇ ਅਧਿਆਕਸ਼ ਐਮ ਕੇ ਯੋਗੀ ਹੋਰੇ ਅੱਜ ਇਸ ਬਾਰੇ ਵਿਰੋਧ ਕਰਦੇ ਹੋਏ ਆਪਣੇ ਅਹੁਦੇ ਥਮਾ ਅਸਤੀਫਾ ਦਿੱਤਾ ਹੈ ਜੇ ਪਾਰਟੀ ਨੇਤ੍ਰਿਤਵ ਜੰਮੂ ਕਸ਼ਮੀਰ ਚ ਜ਼ਮੀਨੀ ਸਤਾ ਪਰ ਕੰਮ ਕਰਾਰ ਦੇ ਕਾਰਜ ਕਰਤਾਈ ਦੀ ਮਿਹਨਤ ਅੰਕ ਨੇ ਚ ਨਕਾਮ ਰਿਹਾ ਹੈ ਆਪਣੇ ਅਸਤੀਫੇ ਚ ਯੋਗੀ ਹੋਰੇ ਨੇ ਦੋਸ਼ ਲਾਇਆ ਜੇ ਪਾਰਟੀ ਆਲਾ ਕਮਾਨ ਪਾਰਟੀ ਤੇ ਕਾਰਕੁਨੇ ਦੀ ਤਗੜਾ ਕਰਨੇ ਦੇ ਬਜਾਏ ਆਪਣੇ ਨਿੱਜੀ ਏਜੰਡੇ ਪਰ ਕੰਮ ਕਰਾਰਦੀ ਹੈ ਆਈਪੀਐਲ ਕ੍ਰਿਕਟ ਤਹਿਤ ਅੱਜ ਸਨਾ 7:30 ਵਜੇ ਪੰਜਾਬ ਕਿੰਗਸ ਤੇ ਗੁਜਰਾਤ ਟਾਈਟਨਸ ਪਸ਼ਕਰ ਮੁੰਬਈ ਦੇ ਬ੍ਰੈਬੌਨ ਸਟੇਡੀਅਮ ਚ ਮੈਚ ਖੇਡਿਆ ਜਾਗ ਕੱਲ ਰਾਤੀ ਲਖਨਊ ਸੁਪਰ ਜਾਇੰਟ ਨੇ ਦਿੱਲੀ ਕੈਪੀਟਲਸ ਕੀ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਚ 6 ਵਿਕਟਾਂ ਕਰਨ ਰਾਇਆ ਡੇਟ ਸੌ ਰਨਜ਼ੀਨ ਦੇ ਲਕਸ਼ ਦਾ ਪਿੱਛਾ ਕਰਦੇ ਹੋਏ ਲਖਨਊ ਸੁਪਰ ਜਾਇੰਟਸ ਨੇ 19 ਓਵਰਾਂ ਤੇ 4 ਗੇਂਦਾਂ ਚ 155 ਰਨਸ ਬਣਾਏ ਜਦ ਕਸ਼ਮੀਰ ਤੇ ਲਦਾਖ ਚ ਅਜ ਮੌਸਮ ਖੁਸ਼ਕ ਰਿਆ ਤੇ ਧੁੱਪ ਚੜੀਦੀ ਰਹੀ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਚ ਮੌਸਮ ਖੁਸ਼ਕ ਤੇ ਗਰਮ ਰੌਣ ਦੀ پیشن گوئی ਕੀਤੀ ਹੈ ਪੂਰੇ ਜਮ ਕਸ਼ਮੀਰ ਚ ਰਾਤੀਆਂ ਦਾ ਤਾਪਮਨ ਵੀ ਸामान्य ਕਸ਼ਾ ਉੱਪਰ ਗਿਆ ਰੌਣ ਦੀ ਮੇਦੇ ਤੇ ਆਉਂਦੇ 24 ਘੰਟਿਆਂ ਚ ਵੀ ਮੌਸਮ ਇਸੇ ਚਾਲੀਦਾ ਬਨਿਆ ਰੋਗ ਤੇ ਉਹਨਾਂ ਖੇਰੇ ਚ ਖਾਸ ਖਾਸ ਖਬਰਾਂ ਇਕ ਬਰੀ ਪਰਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀਉਂ ਰਿਆਂ ਕਿਹਾ ਜੀ ਸਰਕਾਰ ਪੜੀਆਂ 8 ਲੀ ਸਤੇ ਉਪਰ ਉਦਯਮ ਕਾਰਖਾਨਾਦਾਰੀ ਸਨੈ ਆਰਥਿਕ ਸਸ਼ਕਤੀਕਰਨ ਤੇ ਰੋਜ਼ਗਾਰ ਦੇ ਮੌਕੇ ਵੀ ਕਾਇਮ ਕਰਾਰ ਦਿੱਤੇ ਹੈ ਸਰਕਾਰ ਆਖਿਆ ਜੀ ਉਹ ਜੰਮੂ ਕਸ਼ਮੀਰ ਚ ਯੁਵਾਇਨ ਦੇ ਸਸ਼ਕਤੀਕਰਨ ਰੋਜ਼ਗਾਰ ਤੇ ਉਦਯਮ ਵਿਕਾਸ ਲਈ ਵਚਨੇ ਬੱਝੀ ਦੀ ਹੈ ਪ੍ਰਦੇਸ਼ ਚ ਯੁਵਾਇ ਸਰਬੰਦੀ ਗਤੀਵਿਧੀਆਂ ਲਈ 2023 ਬਰੇ ਦੇ ਬਜਟ ਚ 312 ਕਰੋੜ 57 ਲੱਖ ਰੁਪਏ ਦਿੱਤੇ ਗਏ ਨੇ ਜੰਮੂ ਕਸ਼ਮੀਰ ਸਕੂਲੀ ਸਿੱਖਿਆ ਬੋਰਡ ਨੇ ਜੰਮੂ ਖਿੱਤੇ ਦੇ ਸਿਆਲਿਆਲੇ ਜ਼ੋਨ ਤੇ ਲੇ ਡਿਵੀਜ਼ਨ ਦੇ 11ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰੀ ਦਿੱਤਾ ਹੈ। ਇਹ ਤੇ ਕੰਨਿਆ ਗਿਆ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋ ਗਿਆ।